ਹਾਂਜੀ, ਜੱਟ ਕਿੰਗ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ, ਅੱਜ ਅਸੀਂ ਗੱਲ ਕਰ ਜਾ ਰਹੇ ਹਾਂ ਪੰਜਾਬੀ ਫਿਲਮ ਬੀਬੀ ਰਜਨੀ ਦੀ ਕਮਾਈ ਦੀ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਬੀਬੀ ਰਜਨੀ ਫਿਲਮ ਨੂੰ ਰਿਲੀਜ਼ ਹੋਏ ਨੂੰ 2 ਹਫ਼ਤੇ ਹੋ ਚੁੱਕੇ ਹਨ ਅਤੇ ਲੋਕਾਂ ਦੁਆਰਾ ਇਹ ਫਿਲਮ ਬਹੁਤ ਹੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਹਾਂਜੀ, ਤੁਹਾਨੂੰ ਇਸ ਫਿਲਮ ਦੇ ਕਲੈਕਸ਼ਨ ਬਾਰੇ ਦੱਸਾਂਗੇ ਕਿ ਇਸ ਫਿਲਮ ਨੇ 2 ਹਫ਼ਤਿਆਂ ਵਿੱਚ ਕਿੰਨੀ ਕਮਾਈ ਕਰ ਲਈ ਹੈ, ਕੀ ਇਹ ਫਿਲਮ ਸੁਪਰਹਿੱਟ ਸਾਬਤ ਹੋਈ ਹੈ ਜਾਂ ਫਲੋਪ। ਹਾਂਜੀ, ਇਹ ਵੀਡੀਓ ਦੇ ਆਖਰ ਤੱਕ ਜ਼ਰੂਰ ਬਣੇ ਰਹੋ। ਹਾਂਜੀ, ਹੁਣ ਗੱਲ ਕਰਦੇ ਹਾਂ ਫਿਲਮ ਬੀਬੀ ਰਜਨੀ ਦੀ, ਜਿਸ ਨੂੰ ਰਿਲੀਜ਼ ਹੋਏ 2 ਹਫ਼ਤੇ ਹੋ ਚੁੱਕੇ ਹਨ ਅਤੇ ਫਿਲਮ ਨੇ ਬਹੁਤ ਹੀ ਵਧੀਆ ਕਮਾਈ ਕੀਤੀ ਹੈ ਅਤੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਇਸ ਫਿਲਮ ਦੇ ਨਾਲ ਗਾਂਧੀ 3 ਫਿਲਮ ਵੀ ਰਿਲੀਜ਼ ਹੋਈ ਸੀ, ਉਸਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਪਰ ਬੀਬੀ ਰਜਨੀ ਫਿਲਮ ਨੂੰ ਪਿੰਡਾਂ ਵਿੱਚ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਕੀਤਾ ਹੈ ਅਤੇ ਲੋਕ ਟਰੈਕਟਰ ਟਰਾਲੀਆਂ 'ਤੇ ਵੀ ਫਿਲਮ ਦੇਖਣ ਜਾ ਰਹੇ ਹਨ। ਹਾਂਜੀ, ਹੁਣ ਤੁਹਾਨੂੰ ਦੱਸਣ ਜਾ ਰਿਹਾ ਕਿ ਇਸ ਫਿਲਮ ਨੇ 2 ਹਫ਼ਤਿਆਂ ਦੇ ਵਿੱਚ 12 ਕਰੋੜ ਦੀ ਕਮਾਈ ਕਰ ਲਈ ਹੈ, ਜੋ ਇਸ ਫਿਲਮ ਨੂੰ ਸੁਪਰ ਹਿੱਟ ਬਣਾਉਂਦੀ ਹੈ। ਹਾਂਜੀ, ਇਹ ਫਿਲਮ ਅੱਗੇ ਵੀ ਬਹੁਤ ਹੀ ਵਧੀਆ ਕਮਾਈ ਕਰ ਰਹੀ ਹੈ। ਹਾਂਜੀ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੌਣ ਕੌਣ ਇਸ ਫਿਲਮ ਨੂੰ ਦੇਖ ਆਇਆ ਅਤੇ ਅੱਗੇ ਕਿਸ ਨੇ ਦੇਖਣੀ ਹੈ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ? ਵੀਡੀਓ ਲਾਈਕ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।